हां जी सत श्री अकाल दोस्तों पंजाब न्यूज़ टीवी देख रहे हैं सारी जरूरतों जानकारियां ट्रंटो के स्कूली विद्यार्थियों ਵੱਲੋਂ ਫਲਸਤੀਨ ਹਮਾਇਤੀ ਦਿਖਾਵੇ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸਿਰਕਣ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂ ਜੀ ਟ੍ਰਾਂਟੋ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਵੀਰਵਾਰ ਨੂੰ ਫلسطੀਨ ਪੱਖੀ ਮੁਜ਼ਰਾਹੇ ਕੀਤੇ ਕਿ ਇਹ ਘਟਨਾਕਰਮ ਜੇ ਇਸ ਸਮੇਂ ਕੈਨੇਡਾ ਤੋਂ ਜਦੋਂ ਇਜ਼ਰਾਈਲ ਹਮਾਸ جنگ ਦੇ ਚੱਲਦਿਆ ਕੈਨੇਡਾ ਦੇ ਵਿੱਚ ਯਹੂਦੀਆ ਤੇ ਫلسطਾਨੀਆਂ ਦੇ ਵਿੱਚ ਟਕਰਾਰ ਦਾ ਖਤਰਾ ਵਧਦਾ ਜਾ ਰਿਹਾ ਹੈ ਸਕਾਰਬੋ ਦੇ ਸੀਡਰ ਬ੍ਰੇ ਕਾਲੀਜ ਦੇ ਇੰਸਟੀਚਿਊਟ ਦੇ ਬਾਹਰ 300 ਤੋਂ ਵੱਧ ਵਿਦਿਆਰਥੀ ਨਜ਼ਰ ਆਏ ਜੋ ਫلسطੀਨ ਨੂੰ ਆਜ਼ਾਦ ਕਰੋ ਅਤੇ ਕਤਲਿਆਂ ਬੰਦ ਕਰੋ ਦੇ ਨਾਅਰੇ ਲਾ ਰਹੇ ਸਨ ਤਕਰੀਬਨ 7 ਸਕੂਲਾਂ ਦੇ ਵਿਦਿਆਰਥੀ ਇਕੱਠੇ ਹੋ ਕੇ ਮਾਰਕਮ ਰੋਡ ਦਵਲ ਵੱਲ ਵਾਧੇ ਨਜ਼ਰ ਆਏ ਰੋਸ ਦਿਖਾਵਾ ਤੋਂ ਪਹਿਲਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਲੰਮਾ ਚੋੜਾ ਬਿਆਨ ਕਰਦੇ ਆ ਸਕੂਲ ਪ੍ਰਬੰਧਕਾਂ ਨੂੰ ਸੁਚੇਤ ਕਰਨ ਦੀ ਹਦਾਇਤ ਦਿੱਤੀ ਸਕੂਲ ਬੋਰਡ ਦੇ ਬੁਲਾੜੇ ਰਿਆਨ ਬੋਰਡ ਨੇ ਕਿਹਾ ਕਿ ਟੋਰਾਂਟੋ ਸਕੂਲ ਬੋਰਡ ਇਨ੍ਹਾਂ ਰੋਸ ਦਿਖਾਵਾ ਬਿਲਕੁਲ ਨਹੀਂ ਸ਼ਾਮਲ ਹੈ ਇਹਨਾਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਪਰ ਨਾ ਹੀ ਵਿਦਿਆਰਥੀਆਂ ਨੂੰ ਰੋਕਿਆ ਗਿਆ ਦੂਜੇ ਪਾਸੇ ਹਯੋਧੀਆਂ ਦੀ ਫੈਨਟ੍ਰੇਸ਼ਨ ਨਾਲ ਸੰਬੰਧਿਤ ਨੌਵਾ ਸ਼ੈਕ ਨੇ ਕਿਹਾ ਕਿ ਵਿਦਿਆਰਥੀ ਨੇ ਕੁਝ ਨਾਰੇ ਨਫ਼ਰਤੀ ਮਹਿਸੂਸ ਹੋ ਰਹੇ ਸਨ